ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਨਮਸਕਾਰ ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ कोरोना ਦੇ ਵੱਧੇ ਮਰੀਜ਼ਾਂ ਮਰੀਜ਼ਾਂ ਦੀ ਸੰਖਿਆ ਨੂੰ ਲੈ ਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਪ੍ਰਸ਼ਾਸਨ ਕਸੂਰਵਾਰ ਹੈ ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹਦੇ ਵਿੱਚ ਜਨਤਾ ਆਪ ਕਸੂਰਵਾਰ ਹੈ ਪਰ ਕੁਝ ਲੋਕ ਅਜੇ ਵੀ ਹਨ ਜੋ ਕਿ ਆਪਣਾ ਖਾਸ ਤੌਰ ਤੇ ਪੱਕ ਸਰਕਾਰਾਂ ਤੱਕ ਜਾਂ ਮੁੱਖ ਮੰਤਰੀ ਤੱਕ ਰੱਖਣਾ ਚਾਹੁੰਦੇ ਹਨ ਅੱਜ ਸਾਡੇ ਨਾਲ ਇੱਕ ਮੈਡਮ ਜੁੜੇ ਨੇ ਵੌਇਸ ਆਫ ਪੰਜਾਬ ਦੀ ਟੀਮ ਉਹਨਾਂ ਦੇ ਘਰ ਪਹੁੰਚੀ ਹੈ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਪੱਖ ਜਾਣਾਂਗੇ ਮੈਡਮ ਤੁਹਾਡਾ ਨਾਮ ਮੇਰਾ ਨਾਮ ਪੂਜਾ ਹੈ ਮੈਮ ਤੁਹਾਨੂੰ ਕੀ ਲੱਗਦਾ ਹੈ ਸਾਰੀ ਮਹਾਮਾਰੀ ਜੋ ਫੈਲੀ ਹੈ ਇਹਦੇ ਪਿੱਛੇ ਕੌਣ ਕਸੂਰਵਾਰ ਹੈ ਸਰਕਾਰਾਂ ਕਸੂਰਵਾਰ ਨੇ ਕਿ ਜ ਦੇਖੋ ਜੋ ਮਹਾਮਾਰੀ ਫੈਲੀ ਹੈ ਬਹੁਤ ਮਾੜੀ ਗੱਲ ਹੋਈ ਹੈ ਸਾਡੇ ਪੂਰੇ ਪੰਜਾਬ ਲਈ ਪੂਰੇ ਇੰਡੀਆ ਲਈ ਬਹੁਤ ਮਾੜੀ ਗੱਲ ਹੋਈ ਹੈ ਇਹਦੇ ਵਿੱਚ ਇਹ ਹੈ ਕਿ ਸਰਕਾਰਾ ਇਸ ਕਰਕੇ ਜ਼ਿੰਮੇਦਾਰ ਹੈ ਮੇਰੀ ਸਭ ਤੋਂ ਅਪੀਲ ਹੈ ਮੇਰੀ ਖਾਸ ਕਰ ਕੈਪਟਨ ਸਰ ਤੋਂ ਅਪੀਲ ਹੈ ਕਿ ਜੋ ਇਹ ਮਹਾਮਾਰੀ ਫੈਲੀ ਹੈ ਇਹਦੇ ਵਿੱਚ ਆਮ ਪਰਸਨ ਜਿਹੜੇ ਮੀਡਲ ਕਲਾਸ ਪਰਸਨ ਹੈ ਉਹਨਾਂ ਲਈ ਕੋਈ ਸਹਾਇਤਾ ਨਹੀਂ ਹੋਈ ਹੈ ਕੋਈ ਕੁਝ ਨਹੀਂ ਹੋਇਆ ਇਸ ਤੇ ਅੱਗੇ ਕੀ ਹੋਇਆ ਕਿ ਜਿਸ ਨੇ ਖੋ ਲਾਕਡਾਊਨ ਖੋਲ ਦਿੱਤਾ ਗਿਆ ਉਸ ਤੋਂ ਇਲਾਵਾ ਲੋਕੀ ਭੱਜੇ ਨੇ ਆਪਣੇ ਆਪਣੇ ਕਮਾਚੇ ਕਿ ਤਾਂ ਕਿ ਕੁਝ ਕਮਾ ਕੁਮੋ ਕੇ ਲੈ ਆਏ ਕਿਉਂਕਿ ਪ੍ਰਸ਼ਾਸਨ ਤੋਂ ਸਾਨੂੰ ਕੋਈ ਮਦਦ ਨਹੀਂ ਮਿਲੀ ਪਰ ਜੇ ਮੈਡਮ ਗੱਲ ਕੀਤੀ ਜਾਵੇ ਗਰੀਬੀ ਦੀ ਆਪਣੇ ਦੇਸ਼ ਦੇ ਵਿੱਚ ਕਿੰਨੀ ਗਰੀਬੀ ਹੈ ਗਰੀਬ ਰੇਖਾ ਥੱਲੇ ਬਹੁਤ ਲੋਕ ਨੇ ਹੁਣੇ ਪਿੱਛੇ ਜੇ ਐਲਾਨ ਹੋਇਆ ਸੀ ਕਿ 31000 ਕਰੋੜ ਰੁਪਏ ਦੀ ਹੈਲਪ ਹੋਈ ਹੈ ਗਰੀਬ ਬੰਦਿਆਂ ਨੂੰ ਜੇ ਹੁਣ ਕੁਝ ਪੈਸਾ ਗਰੀਬਾਂ ਨੂੰ ਵੀ ਦੇਣਾ ਪਏਗਾ ਜਿਨ੍ਹਾਂ ਕੋ ਰੋਟੀ ਰੋਜ਼ੀ ਰੋਟੀ ਖਾਣ ਦੇ ਇੱਕ ਦਿਨ ਇੱਕ ਟਾਈਮ ਦੀ ਰੋਜ਼ੀ ਰੋਟੀ ਖਾਣ ਦਾ ਪੈਸਾ ਨਹੀਂ ਹੈ ਕੁਝ ਜਿਹੜੇ ਮੀਡਲ ਕਲਾਸ ਲੋਕ ਨੇ ਜਾਂ ਅਮੀਰ ਲੋਕ ਨੇ ਉਹ ਤਾਂ ਚਲੋ ਦੋ ਤਿੰਨ ਟਾਈਮ ਦੀ ਰੋਟੀ ਤਾਂ ਖਾ ਸਕਦੇ ਹਨ ਪਰ ਗਰੀਬ ਲੋਕਾਂ ਨੂੰ ਜੋ ਕਿ ਜ਼ਿਆਦਾ ਲੋੜਮੰਦ ਲੋਕ ਸੀ ਉਹਨਾਂ ਨੂੰ ਸਰਕਾਰ ਨੇ ਬਹੁਤ ਹੈਲਪ ਕਰਵਾਈ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ नहीं इस इस बारेते सरकार ਲਈ ਬਹੁਤ थैंकफुल ਰਵਾਂਗੇ ਆਪ ਸਾਰੇ ਕਿ ਸਰਕਾਰ ਨੇ ਬਹੁਤ ਮਦਦ ਕੀਤੀ ਹੈ ਨਾਲੋ ਨਾਲ ਸਰਕਾਰ ਨੂੰ ਮਿਡਲ ਕਲਾਸ ਲਈ ਇਸ ਕਰਕੇ ਮਦਦ ਕਰਨੀ ਚਾਹੀਦੀ ਕਿਉਂਕਿ ਮਿਡਲ ਕਲਾਸ ਨਾ 3 ਮਹੀਨਾ ਤੋ ਕਰਤੋ ਨਾ ਸੈਲਰੀ ਮਿਲੀ ਨਾ ਬੱਚਿਆਂ ਦੇ ਸਕੂਲ ਦੀ ஆன்ਲਾਈਨ ਫੀਸਾਂ ਵੀ ਦੇਣੀ ਪਈ ਹੈ ਪਹਿਲੇ ਤਾਂ ਸਰਕਾਰਾਂ ਨੇ ਕਿਹਾ ਸੀ ਕਿ ਫੀਸਾਂ ਆਪ ਨਹੀਂ ਦਵਾਂਗੇ ਨਹੀਂ ਦੇਣੀ ਕਿਸੇ ਨੇ ਵੀ ਫੀਸ ਨਹੀਂ ਦੇਣੀ ਇਵਨ ਐਜੂਕੇਸ਼ਨ ਮਿਨਿਸਟਰ ਸਿੰਘਲਾ ਸਾਹਿਬ ਨੇ ਵੀ ਕਿਹਾ ਸੀ कि ਬੱਚਿਆਂ ਦੀ ਫੀਸਾ ਕਿਸੇ ਨੇ ਨਹੀਂ ਦੇਣੀ ਹੈ ਜੋ ਮੰਗੇਗਾ ਤੁਸੀਂ ਸਾਨੂੰ ਈਮੇਲ ਕਰੋ ਜਾਂ ਸਾਡੇ ਈਮੇਲ ਆਈਡਿਸ ਲੋ ਆਪਾਂ ਸਾਰਾ ਕੁਝ ਦੇਖਾਂਗੇ ਲੇਕਿਨ ਬਾਤ ਹੈ ਫੈਸਲਾ ਆ ਗਿਆ ਹੈ ਕਿ ਤੁਸੀਂ ਫੀਸਾ ਵੀ ਦਿਓ ਤੇ ਅੱਜ ਦਾ ਸਵੇਰ ਦਾ ਇਹ ਫੈਸਲਾ ਆਇਆ ਹੋਇਆ ਹੈ ਕਿ ਤੁਸੀਂ ਫੀਸਾ ਵੀ ਦਿਓ ਐਡਮਿਸ਼ਨ ਚਾਰजेस ਵੀ ਦਿਓ 70% ਤੇ ਬਸ ਬਸਾਂ ਦੇ ਵੀ ਫੀਸਾ ਦਿਓ 70% ਮਤਲਬ ਇੱਕ ਆਮ ਆਦਮੀ ਇਹ ਬੰਦਾ ਸੋਚਦਾ ਹੈ ਕਿ ਆਪਾਂ ਕਾਰ ਚਲਾਈਏ ਕਿ ਆਪਾਂ ਸਾਰਾ ਬੈਕਅਪ ਆਪਣਾ ਪੂਰਾ ਕਰੀਏ ਕਿ ਕੀ ਕਰੀਏ ਮੁਸ਼ਕਿਲਾਂ ਨਹੀਂ ਹੋਈ ਹੋਈ ਹੈ ਤੇ ਨਾਲੋਂ ਨਾਲ ਬਿਜਲੀ ਦੇ ਬਿੱਲ ਆ ਕੇ ਖੜੇ ਹੋਏ ਨੇ ਮਤਲਬ ਇੱਕਦਮ ਨਾਲ ਇੰਨਾ ਬੋਝ ਆ ਗਿਆ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਮਤਲਬ ਕਿ ਆਮ ਬੰਦਾ ਸਰਵਾਈਵ ਕਰ ਪਾਏਗਾ ਬਟ ਈਜ਼ੀਲੀ ਕਿਉਂਕਿ ਅੱਜ ਦੀ ਡੇਟ 'ਚ ਸਭ ਦੇ ਦਿਮਾਗ 'ਚ ਇੱਕ ਕੁਐਸਚਨ ਮਾਰਕ ਹੈ ਕਿ ਅੱਗੇ ਕੀ ਹੋਣਾ ਹੈ ਤੇ ਆਉਣ ਵਾਲਾ ਟਾਈਮ 'ਚ ਆਪਾਂ ਕੀ ਕਰੀਏ ਤੇ ਕੀ ਨਾ ਕਰੀਏ ਤੁਹਾਨੂੰ ਕੀ ਲੱਗਦਾ ਹੈ ਜੋ ਵੀ ਸਰਕਾਰ ਨੇ ਇਸ ਟਾਈਮ ਰੂਲਸ ਕੱਢੇ ਹੋਏ ਆ ਲਾਕਡਾਊਨ ਦੇ ਰੂਲਸ ਕੱਢੇ ਹੋਏ ਆ ਜੋ ਵੀ ਪ੍ਰੀਕਾਸ਼ਨਸ ਕੱਢੀਆਂ ਆ ਆਪਣਾ ਸੋਸ਼ਲ ਡਿਸਟੈਂਸਿੰਗ ਵਾਸਤੇ ਕੀ ਲੋਕ ਉਹਨੂੰ ਫੋਲੋ ਕਰ ਰਹੇ ਨੇ ਦੇਖੋ ਲੋਕ ਲੋਕਾਂ ਦੇ ਅੰਦਰ ਇੱਕ ਡਰ ਤੇ ਹੈਗਾ ਹੀ ਹੈ ਲੋਕ ਆਪਣੀ ਜ਼ਿੰਦਗੀ ਬਚਾਣ ਲਈ ਉਹਨਾਂ ਨੇ ਸੋਸ਼ਲ ਡਿਸਟੈਂਸਿੰਗ ਕਰਨੀ ਹੈ ਲੇਕਿਨ ਜਿੱਥੇ ਸਾਹਮਣੇ ਸਾਰੀ ਚੀਜ਼ਾਂ ਇੱਕਦਮ ਨਾਲ ਖੋਲ ਦਿੱਤੀਆਂ ਗਈਆਂ ਰੋਜ਼ ਦੇ ਰੋਜ਼ ਕਦੀ 70 ਕੇਸ ਆ ਰਹੇ ਕਦੀ 47 ਕੇਸ ਆ ਰਹੇ ਕਦੀ ਕੁਝ ਆ ਰਹੇ ਰੋਜ਼ ਦੇ ਰੋਜ਼ ਕੋਈ ਪੋਜ਼ਿਟਿਵ ਕੇਸਿਸ ਆ ਰਹੇ ਨੇ ਤੇ ਇਸ 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 ਸਾਰੀ ਚੀਜ਼ਾਂ ਨੂੰ ਦੇਖ ਕੇ ਥੋੜਾ ਡਰ ਲੱਗਦਾ ਸਾਨੂੰ ਵੀ ਕਰੋਬਾਰ ਨਿਕਲਦੇ ਉਹ ਡਰ ਲੱਗਦਾ ਕਿ ਨਹੀਂ ਆਪਣੇ ਸਿਰਫ ਕੰਮ ਕਰਕੇ ਛੋਟਾ ਮੋਟਾ ਕੰਮ ਕਰਕੇ ਤੁਸੀਂ ਫਟਾਫਟ ਘਰ ਪਹੁੰਚੋ ਤੇ ਵਧਦੇ ਤੇਲ ਦੀ ਕੀਮਤਾਂ ਨੂੰ ਲੈ ਕੇ ਪੈਟਰੋਲ ਡੀਜ਼ਲ ਜੋ ਵਧਦੇ ਜਾ ਰਹੇ ਨੇ ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਉਹ ਤੇ ਬਹੁਤ ਮਾੜੀ ਗੱਲ ਹੋਈ ਹੈ ਕਿ ਜਿਹੜੀ ਪੈਟਰੋਲ ਡੀਜ਼ਲ ਦੀ ਕੀਮਤਾਂ ਇੰਨੀ ਵੱਧ ਗਈ ਹੈ ਕਿ ਆਮ ਬੰਦਾ ਤੇ ਹੁਣ ਇਹੋ ਗੱਲ ਹੋ ਗਈ ਕਿ ਆਪਣੇ ਸਾਈਕਲ ਲੈ ਤੇ ਸਾਈਕਲ ਚਲਾਏ ਜੀ ਸ਼ੁਕਰੀਆ ਮੈਡਮ ਇਹ ਸਿਓ ਲੋਗ ਜੋ ਕਿ ਆਪਣਾ ਖਾਸ ਤੌਰ ਤੇ ਪੱਖ ਪ੍ਰਸ਼ਾਸਨਾ ਤੱਕ ਸਰਕਾਰਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ ਤੇ ਇਹਨਾਂ ਪੱਖਾਂ ਦੇ ਵਿੱਚ ਇਹੀ ਸੁਣਨ ਚ ਮਿਲਿਆ ਹੈ ਕਿ ਪ੍ਰਸ਼ਾਸਨ ਵੱਲੋਂ ਜਾਂ ਸਰਕਾਰਾਂ ਵੱਲੋਂ ਮਿਡਲ ਕਲਾਸ ਬੰਦੇ ਨੂੰ ਕੋਈ ਮਦਦ ਨਹੀਂ ਹੋਈ ਹੈ ਤੇ ਉਹਨਾਂ ਨੂੰ ਰੋਜ਼ਮਰਰਾ ਦੀ ਜ਼ਿੰਦਗੀ ਜੀਣ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਕੈਮਰਾਮੈਨ ਅਮਿਤ ਰੌੜਾ ਦੇ ਨਾਲ ਗੋਰੀ ਨੰਦਨ ਵੌਇਸ ਆਫ ਪੰਜਾਬ ਜਲੰਧਰ